ਚਾਹੇ ਪੰਜਾਬ ਸਰਕਾਰ ਅਤੇ ਮੰਡੀਕਰਨ ਬੋਰਡ ਦੁਆਰਾ ਇਹ ਦਾਅਵੇ ਕੀਤੇ ਜਾ ਰਹੇ ਸਨ ਕਿ ਕਣਕ ਦੀ ਖਰੀਦ ਵਿੱਚ ਇਸ ਵਾਰ ਮੰਡੀ ਵਿੱਚ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ, ਸਮੇਂ ਤੇ ਬੋਲੀ ਲੱਗੇਗੀ ਅਤੇ ਨਾਲ ਦੇ ਨਾਲ ਕਣਕ ਦੀਆਂ ਬੋਰੀਆਂ ਟਰੱਕਾਂ ਅਤੇ ਟਰਾਲੀਆਂ ਵਿੱਚ ਭਰ ਕੇ ਮੰਡੀ ਵਿੱਚੋਂ ਚੁੱਕੇ ਜਾਣਗੇ। ਪਰ ਸਰਕਾਰ ਦੇ ਇਹ ਦਾਅਵੇ ਬਿਲਕੁਲ ਹੀ ਠੁੱਸ ਦਿਖਦੇ ਹੋਏ ਨਜ਼ਰ ਆਏ, ਕਿਉਂਕਿ ਅਜਿਹਾ ਕਿਤੇ ਵੀ ਦੇਖਣ ਨੂੰ ਨਹੀਂ ਮਿਲ ਰਿਹਾ। ਗੱਲ ਕੀਤੀ ਜਾਵੇ ਜ਼ਿਲ੍ਹੇ ਪੰਜਾਬ ਦੇ ਫਰੀਦਕੋਟ ਦੀ, ਤਾਂ ਮੰਡੀ ਦੀ ਤਾਂ ਲਿਫਟ ਦਾ ਬੇੜਾ ਹਾਲ ਹੈ ਅਤੇ ਮੰਡੀ ਕਣਕ ਦੀਆਂ ਬੋਰੀਆਂ ਨਾਲ ਭਰੀ ਪਈ ਹੈ। ਇੱਥੇ ਤੱਕ ਕਿ ਮੰਡੀ ਦੇ ਬਾਹਰ ਸੜਕਾਂ ਅਤੇ ਆਲੇ ਦੁਆਲੇ ਦੀਆਂ ਜਗ੍ਹਾਵਾਂ ਵਿੱਚ ਵੀ ਕਿਸਾਨਾਂ ਨੂੰ ਕਣਕ ਉਤਾਰਨ ਦੀ ਕੋਈ ਜਗ੍ਹਾ ਨਹੀਂ ਮਿਲ ਰਹੀ ਅਤੇ ਕਰੀਬ 2 ਲੱਖ ਬੋਰੀਆਂ ਇੱਥੇ ਪਈਆਂ ਹਨ, ਜਿਸ ਕਾਰਨ ਕਿਸਾਨਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਕਿਸਾਨਾਂ ਦਾ ਕਹਿਣਾ ਕਿ ਜੇਕਰ ਪਹਿਲਾਂ ਪਈਆਂ ਕਣਕ ਦੀਆਂ ਬੋਰੀਆਂ ਨੂੰ ਚੁੱਕ ਲਿੱਤਾ ਜਾਵੇ ਤਾਂ ਉਤਾਰਨ ਲਈ ਜਗ੍ਹਾ ਬਣੇਗੀ। ਮੰਡੀ ਵਿੱਚ ਆਪਣੀ ਫਸਲ ਲੈ ਕੇ ਬੈਠੇ ਕਿਸਾਨਾਂ ਨੇ ਦੱਸਿਆ ਕਿ ਪਹਿਲੇ ਉਹਨਾਂ ਨੂੰ ਆਪਣੇ ਖੇਤਾਂ ਵਿੱਚ ਫਸਲ ਦੀ ਰਾਖੀ ਕਰਨੀ ਪੈਂਦੀ ਹੈ ਅਤੇ ਹੁਣ ਮੰਡੀ ਵਿੱਚ ਰੱਖਣ ਲਈ ਮਜਬੂਰ ਹੋਣਾ ਪੈ ਰਿਹਾ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਨਾਜ ਮੰਡੀ ਵਿੱਚ ਪਈ ਕਣਕ ਨੂੰ ਛੇਤੀ ਤੋਂ ਛੇਤੀ ਲਿਫਟਿੰਗ ਕੀਤੀ ਜਾਵੇ। ਕਰਦੇ ਇੱਥੇ ਇੱਕ ਤਾਂ ਪਹਿਲਾਂ ਕਣਕ ਲਾਉਣ ਨੂੰ ਥਾਂ ਹੀ ਨਹੀਂ ਹੈਗੀ, ਨੰਬਰ 2 ਬਾਰਦਾਨਾ ਨਹੀਂ ਆਇਆ, ਕਮੇਟੀ ਵਾਲਿਆਂ ਕੋਲ ਗਏ, ਉਹਨਾਂ ਦੇ ਬਸ ਭੇਜ ਦਿਆਂਗੇ, ਆ 4 ਦਿਨ ਹੋ ਗਏ ਬਾਰਦਾਨਾ ਨਹੀਂ ਆਇਆ, ਬਹੁਤ ਔਖੇ ਹੈ। ਕਾਂਗਰਸ ਜਿਹੜੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਹਨਾਂ ਨੇ ਤਾਂ ਜਿਹੜਾ ਮੇਨ ਕਿਸਾਨਾਂ ਨੂੰ ਮੁੱਖ ਰੱਖਿਆ ਸੀ ਵੀ ਕਿਸਾਨਾਂ ਨੂੰ ਆਂਚ ਨਹੀਂ ਆਉਣ ਦਿੱਤੀ ਜਾਵੇਗੀ। ਨਹੀਂ, ਝੂਠ ਹੈ, ਬਿਲਕੁਲ ਝੂਠ ਹੈ, ਇਹਨਾਂ ਦਾ ਕਿਸਾਨ ਬਹੁਤ ਔਖਾ ਹੈ। ਜਿਸ ਤਰ੍ਹਾਂ ਬਾਦਲ ਮੌਕੇ ਸੀ ਉਸੇ ਤਰ੍ਹਾਂ ਹੀ ਹੋਣਾ ਹੈ, ਕਿਸਾਨ ਦੇ ਪੱਲੇ ਕੁਛ ਨਹੀਂ ਹੈ। ਜਾਂ ਤਾਂ ਲੀਡਰ ਇੱਥੇ ਰਾਤ ਰਹਿਣ, ਇੱਕ ਉਹਨਾਂ ਨੂੰ ਵੀ ਪਤਾ ਲੱਗੇ ਵੀ ਰਾਤ ਮੰਡੀਆਂ ਕਿਸਾਨ ਕਿਵੇਂ ਕੱਢਦੇ ਆ, ਅਤੇ ਕਿਸਾਨ ਦੀ ਤਾਂ ਕੋਈ ਸਾਰ ਨਹੀਂ ਲੈ ਰਿਹਾ। ਉਹ ਇੱਥੇ ਕੋਈ ਉਹ ਜ਼ਿਆਦਾ ਫੋਕੇ ਦਾਅਵੇ ਹੈਗੇ ਉਹਨਾਂ ਦੇ, ਅਤੇ ਕੋਈ ਨਹੀਂ, ਅਤੇ ਬਹੁਤ ਔਖਾ ਜ਼ਿੰਮੇਦਾਰ 8-8 ਦਿਨ ਲਾ ਕੇ ਗਏ ਅਗਲੇ। ਕੀ ਲੱਗਦਾ ਵੀ ਹੁਣ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਇਸ ਵੇਲੇ ਤਾਂ ਲੋਕਾਂ ਦੀ ਲੋੜ ਆ ਉਹਨਾਂ ਨੂੰ? ਹਾਂਜੀ, ਤੁਹਾਡੀ ਸਾਰ ਨਹੀਂ ਲੈਂਦੇ ਤਾਂ ਬਾਅਦ ਕੀ ਕਰਨਗੇ? ਕੋਈ ਸਾਰ ਨਹੀਂ ਲੈ ਰਿਹਾ ਜੀ, ਇਸ ਮੌਕੇ ਨਹੀਂ ਲੈ ਰਿਹਾ, ਨਾਲੇ ਸਾਥੋਂ ਉਹਨਾਂ ਨੇ ਹੁਣ ਵੋਟਾਂ ਲੈਣੀਆਂ, ਹੁਣ ਨਹੀਂ ਸਾਰ ਲੈ ਰਹੇ ਉਦੋਂ ਬਾਅਦ ਕਿਹਨੇ ਸਾਰ ਲੈਣੀ? ਇਸ ਸੰਬੰਧੀ ਜਦੋਂ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਵ ਰਾਜ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ 2 ਦਿਨ ਤੋਂ ਲਿਫਟਿੰਗ ਦੀ ਸਮੱਸਿਆ ਆ ਰਹੀ ਹੈ ਅਤੇ ਠੇਕੇਦਾਰ ਨੂੰ ਲੇਬਰ ਲਈ ਕਿਹਾ ਗਿਆ ਅਤੇ ਅੱਜ 22,000 ਤੱਕ ਲਿਫਟਿੰਗ ਹੋ ਗਈ ਹੈ ਅਤੇ ਕੱਲ੍ਹ ਸਾਰੀ ਲਿਫਟਿੰਗ ਪੂਰੀ ਤਰ੍ਹਾਂ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਜਾਵੇਗੀ। ਦਿਓ ਮੈਂ ਲਿਫਟਿੰਗ ਦੀ ਸਮੱਸਿਆ ਪਿਛਲੇ 2 ਦਿਨ ਸੇ ਆ ਰਹੀ ਹੈ, ਰੀਜ਼ਨ ਲੇਬਰ ਦੀ ਬਹੁਤ ਕਮੀ ਸੀ, ਤੋ ਹਮਨੇ ਟ੍ਰਾਂਸਪੋਰਟ ਠੇਕੇਦਾਰ ਸੇ ਯੇ ਕਹਾ ਕਿ ਲੇਬਰ ਹਮਕੋ ਸਪਲਾਈ ਕੀਜੀਏ, ਅੜਹਾਤੀਓਂ ਸੇ ਵੀ ਯੇ ਰਿਕੁਐਸਟ ਕੀਆ ਕਿ ਲੇਬਰ ਸਪਲਾਈ ਕੀਜੀਏ, ਅਨਲੋਡਿੰਗ ਕਰਾਨੇ ਮੇਂ ਦਿੱਕਤ ਆ ਰਹੀ ਥੀ। ਕੱਲ ਕੇ ਮੁਕਾਬਲੇ ਆਜ ਲਿਫਟਿੰਗ ਸਪੀਡ ਅਪ ਪਕੜ ਲਿਆ ਹੈ, ਲੇਬਰ ਹਮਾਰੇ ਪਾਸ ਆ ਗਿਆ ਹੈ, ਆਜ ਕਰੀਬਨ 22,000 ਮੀਟ੍ਰਿਕ ਟਨ ਅਪ੍ਰੋਕਸੀਮੇਟਲੀ, ਅਭੀ ਸੇ ਆਧਾ ਘੰਟਾ ਪਹਿਲੇ ਤੱਕ ਕੀ ਰਿਪੋਰਟ ਹੈ ਕਿ 22,000 ਮੀਟ੍ਰਿਕ ਟਨ ਲਿਫਟ ਹੋ ਗਿਆ, ਜੋ ਫਾਈਨਲ ਰਿਪੋਰਟ ਹੈ ਰਾਤ ਤੱਕ ਆ ਜਾਏਗੀ ਕਿਤਨਾ ਲਿਫਟ ਹੁਆ, ਲੇਕਿਨ ਸਿਚੁਏਸ਼ਨ ਓਵਰਆਲ ਇੰਪਰੂਵ ਕਰੇਗੀ ਕੱਲ ਸ਼ਾਮ ਕੇ ਬਾਅਦ, ਕਿਉਂਕਿ ਕੱਲ ਸ਼ਾਮ ਜੋ ਹਮਾਰੀ ਇਨਕਮਿੰਗ ਪਰਚੇਜ਼ ਹੈ ਵੋ ਲਿਫਟਿੰਗ ਸੇ ਥੋੜ੍ਹੀ ਸੀ ਕਮ ਹੈ, ਤੋ ਕੱਲ ਹਮਾਰੇ ਪਾਸ ਲੇਬਰ ਵੀ ਹੋਗੀ, ਹਮਾਰੇ ਪਾਸ ਸਟਾਫ ਵੀ ਅਵੇਲੇਬਲ ਹੋਗਾ, ਲਿਫਟਿੰਗ ਹੋ ਜਾਏਗੀ ਕੱਲ੍ਹ। ਫਰੀਦਕੋਟ ਤੋਂ ਜਗਤਾਰ ਦੋਸਾਂਝ, ਜੀਵੇ ਪੰਜਾਬ TV।